ਵੀ ਸੱਜਣੋ ਕੀ ਹਾਲ ਚਾਲ ਆ ਕਹਿ ਮੈਂ ਦਿੱਤਾ ਅੱਜ 22-23 ਦਿਨਾਂ ਦੀ ਵੇਟ ਤੋਂ ਬਾਅਦ ਦੁਸਹਿਰੇ ਦੇ ਵਿੱਚ ਪਹੁੰਚ ਚੁੱਕੇ ਹਾਂ ਅੱਜ ਦੁਸਹਿਰਾ ਗਾ ਸਾਰਿਆਂ ਨੂੰ ਪਹਿਲਾਂ ਤਾਂ ਹੈਪੀ ਦੁਸਹਿਰਾ ਤੁਸੀਂ ਵੀ ਦੇ ਦਿਓ ਕਰਾਂ ਮੁਬਾਰਕਾਂ ਦੁਸਹਿਰਾ ਭਾਈ ਦੁਸਹਿਰੇ ਬਹੁਤ ਬਹੁਤ ਮੁਬਾਰਕਾਂ ਤੇ ਅੱਜ ਆਪਣਾ ਸਾਰਾ ਤੁਹਾਨੂੰ ਹਜ਼ੂਰ ਸਾਹਿਬ ਦਾ ਨਗਰ ਕੀਰਤਨ ਜੋ ਵੀ ਇੱਥੇ ਹੁੰਦਾ ਗਾ ਪ੍ਰੋਗਰਾਮ ਸਾਰਾ ਵਿਖਾਵਾਂਗੇ ਵੀਡੀਓ ਨੂੰ ਐਂਡ ਤੱਕ ਦੇਖਿਓ ਜੇ ਤਾਂ ਇੱਕ ਬਲੌਗ ਬਣਦਾ ਹੋਇਆ ਇੱਕ ਤਾਂ ਨਹੀਂ ਦੋ ਬਲੌਗਾਂ ਦੇ ਵਿੱਚ ਅੱਜ ਵਾਲਾ ਸਾਰਾ ਸੀਨ ਆ ਜਿਹੜਾ ਆਪਾਂ ਕਵਰ ਕਰਾਂਗੇ ਬਾਕੀ ਦੇਖੋ ਹੁਣ ਵਿਊ ਤੂੰ ਕੀ ਕਹਿੰਦਾ ਸੀ ਦੁਸਹਿਰੇ ਦੇ ਮੌਕੇ ਤੇ ਬਹੁਤ ਰਾਸ ਹੋ ਜਾਂਦਾ ਗਾ ਕਹਿੰਦੇ ਜਿਵੇਂ ਮਾਘੀ ਦੀ ਮੁਕਤਸਰ ਮਨਾਈ ਜਾਂਦੀ ਆ ਦਿਵਾਲੀ ਅੰਮ੍ਰਿਤਸਰ ਮਨਾਈ ਜਾਂਦੀ ਆ ਕਹਿੰਦੇ ਇੱਥੇ ਦੁਸਹਿਰਾ ਮਨਾਇਆ ਜਾਂਦਾ ਤੇ ਗਲੇ ਸਾਡੇ ਸਾਰਿਆਂ ਦੇ ਖਰਾਬ ਹੋ ਗਏ ਪੋਤਾ ਪਾਣੀ ਬਦਲਣ ਕਰਕੇ ਇੱਕ ਠੰਡੇ ਪਾਣੀ ਨਾਲ ਨਹਾਉਂਦੇ ਆਏ ਆ ਤਾਂ ਕਰਕੇ ਸਾਰਾ ਸਿਸਟਮ ਹੱਲਿਆ ਹੀ ਪਿਆ ਹੈਗਾ ਹੁਣ ਬਾਕੀ ਕੋਈ ਨਹੀਂ ਤੁਹਾਨੂੰ ਸਾਰਾ ਕਵਰ ਕਰਾਂਗੇ ਆਪਾਂ ਅੱਜ ਦਾ ਜਿੰਨਾ ਵੀ ਮਾਹੌਲ ਹੋਊਗਾ ਇੱਥੇ ਠੀਕ ਆ ਜਿੰਨੇ ਵੀ ਪ੍ਰੋਗਰਾਮ ਹੋਣਗੇ ਸਾਰੇ ਆਪਾਂ ਕਵਰ ਕਰਾਂਗੇ ਸੰਗਤਾਂ ਪੂਰੇ ਦੂਰਾਂ ਦੂਰਾਂ ਨਾਲ ਪਹੁੰਚੀਆਂ ਹੋਈਆਂ ਹੈਗੀਆਂ ਬੱਕਰਾ ਝਟਕਾਉਣ ਤੋਂ ਬਾਅਦ ਤੇ ਨਗਰ ਕੀਰਤਨ ਦੀ ਤਿਆਰੀ ਹੋ ਗਈ ਜੀ ਵੀਡੀਓ ਤੁਸੀਂ ਤਖਤ ਸ੍ਰੀ ਗੁਰੂ ਸਾਹਿਬ ਤੋਂ ਦੇਖ ਰਹੇ ਹੋਗੇ ਤਖਤ ਤੋਂ ਲੈ ਕੇ ਹੁਣ ਨਗਰ ਕੀਰਤਨ ਦੀ ਵੀ ਤਿਆਰੀ ਆ ਗਈ ਤੇ ਮੋਬਾਈਲ ਵੀ ਮੇਰਾ 10% ਰਹਿ ਗਿਆ ਪਾਵਰ ਬੈਂਕ ਹੈਗੀ ਆ ਭੁੱਲਰ ਕੋਲੇ ਭੁੱਲਰ ਤੋਂ ਫੜ ਕੇ ਪਾਵਰ ਬੈਂਕ ਤੇ ਲਗਾ ਚਾਰਜ ਤੇ ਇਹਨੂੰ ਯਾਰ ਨਗਰ ਦੀ ਲਓ ਜੀ ਆਹ ਪੁੱਲ 'ਤੇ ਦੇਖੋ ਸੰਗਤ ਇੱਥੋਂ ਦੀ ਲੰਘਣਾ ਨਗਰ ਕੀਰਤਨ 'ਤੇ ਪੁੱਲ ਦੇ ਉੱਪਰ
संगत बैठी है देखने लई। इधरों जाते जा रहे हैं नहीं सिंघां लई मेन रास्ता गा सचखंड साहब देख सकते लो जी आ जिहड़ा तुसीं पहलां वीडियो च माहौल देखते हुंदे सीगे ते अज देखो माहौल देखो संगत पहुंची भी है ये सारी संगत जा रही है नगर कीर्तन ते नगर कीर्तन का टाइम हुंदा 4:15 का ते संगत उत्थे पहुंच रही है कमरियां चो निकल के सरावां चो आपां नूं थोड़ा जिहा कम हो गया रूम तक रूम च जाने आगे दोबारा जाके ते आके दिखाउणा थोनू माहौल फिर नगर कीर्तन का जाइए ग्रां रूम च एक और फड़ ला बाबा जी देव जी लो जी दुबारे पहुँच गए आप नगर कीर्तन के पहला की चक्कर सी कि रूम की जिहड़ी चाबी सी उन्होंने जिंदा खुला छड़ता ही बाकी बंद ने उन्होंने बैग आपके बस च रखते साढ़े रह गए जो उत्ते हम असं लॉक करके रूम में दुबारे आएंगे दिखाने नगर कीर्तन का माहौल सुन संगत देखो तुम्हें पूरा पूरा इकट्ठा सामने देखो संगत एक दो गेट नंबर 4 चल रही संगत सामने दूर तक देखो केले का लंगर चली जाता केले खा लेने भुख लगी पी आ लिया लिया केलिया है केलिया इधर न्यूडल का लंगर लगे हुआ देखो न्यूडल वो तो रब भी किणमिण करन लग गया जी रबा रोकला हूँ तमी ब्लॉगर अपना मूहे है सिंघां दीआं बसां जा रहीआं हैं जाना नहीं गा सू सारा नगर कीर्तन की समाप्ति एंड तक दिखाई है मूहे करके बैग न मूहे करके ਕਰ ਰਿਹਾ ਸਾਹਮਣੇ
ਸ੍ਰੀ ਵਾਹਿਗੁਰੂ ਤਖਤ ਸਤਿਖੰਡ ਸ੍ਰੀ ਹਜ਼ੂਰ ਸਾਹਿਬ ਜੀ ਦੇ ਉਸੇ ਆਸਣ ਦਾ ਮੋਹਨੀ ਸਿੰਘ ਜੀ ਇਹਨਾਂ ਦੇ ਮਿੱਤਰੀ ਇਹਨਾਂ ਦੇ ਕਾਰੋਬਾਰ ਦੀ ਚੜ੍ਹਦੀ ਕਲਾਸ 'ਚ ਇਹਨਾਂ ਦੇ ਡਾਕਟਰ ਹਰਦੀਪ ਸਿੰਘ ਜੀ ਬੈਂਕ ਮਾਈ ਕਿਤੇ ਮੈਂ ਚੜ੍ਹਦੀ ਕਲਾ ਰੱਖਣ ਦੀ ਸੇਵਾ ਕਰਨਾ ਬਲ ਬਖਸ਼ਣ ਚਲੋ ਅੱਗੇ ਚਲੋ ਚੜ੍ਹਦੀ ਕਲਾਸ 'ਚ ਕੁੰਜ ਸੋਹਣਾ ਕਮਰਾ ਸੀ ਕਿਤੇ ਮੈਂ ਚੜ੍ਹਦੀ ਕਲਾ ਰੱਖਣ ਦੀ ਸੇਵਾ ਕਰਦਾ ਬਲ ਬਖਸ਼ਣ ਸੜਕ ਤੀਰਨ ਚੰਡੀ ਪੌਦਾ ਦੇਖ ਭੰਡਾਰੇ ਘੁੰਮਰ ਨੈਣ ਦੇ ਸੱਭੇ ਭੰਡਾਰੇ ਵਾਹ ਕੱਟੇ ਹੋਣਾ ਹੁਣ ਪੰਜਾਂ ਕੁ ਮਿੰਟਾਂ ਯਾਰ ਦਸ ਆ ਗਿਆ ਪੂਰਾ ਜੰਗ ਦਾ ਦ੍ਰਿਸ਼ ਬਣਨਾ ਇੱਥੇ ਉਧਰ ਰੱਖ ਸਾਡੇ ਵਾਲ ਕਰੀ ਜਾਂਦਾ ਹੱਲਾ ਤੇ ਉਧਰ ਹੋਣਾ ਚਲੋ ਬਹੁਤ ਸੋਹਣਾ ਬਹੁਤ ਸੋਹਣਾ
ਬੰਦੇ ਵੇਖਣੇ ਹੀ ਕਿ ਅੱਲਾ ਬੰਦੇ लो भी सज्जनों अज लास्ट टाइम है, लास्ट दिन नहीं बस साढ़े कुछ पार रह गए, इन्हें अड्ड चढ़ जाना, इन्हें अड्ड चढ़ जाना मित्रा, आ तो चल दिल्ली तक जाऊ, वह भुलरता बस ट्रेन ते जाना, उन्हें तो वह जवाब दे गया, तो हौल जे पै रहे साढ़े बहुत हो गए दिन सानू, बाकी रब ने सुख रखी, दुबारे कटांगे अगली बार फिर ही यात्रा ते आवांगे, हुण अपनी तैयारी है सारे दी, बस चले आ, बस रात नूं तोरनी आ, अज 5 तरीक आ, बस रात ते रात जावड़ांगे, नेड़े लग जांगे, कुछ ना कुछ 100-200 किलोमीटर कढांगे, ਇਹਨਾਂ ਨਾਲ ਇੱਕ ਦਿਨ ਦਾ ਫਰਕ ਪੈਜੂ, ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਬਲੌਗ ਦੇਖਣ ਲਈ ਤੇ ਬਲੌਗ ਸ਼ੇਅਰ ਕਰਨ ਲਈ, ਤੇ ਆਪਣਾ ਸਿੱਖ ਟਰੈਵਲ ਚੈਨਲ ਨੂੰ ਸਪੋਰਟ ਕਰੋ ਵੱਧ ਤੋਂ ਵੱਧ, ਆਪਣੇ ਵਾਲੇ ਨੂੰ ਤਾਂ ਚਾਹੇ ਘੱਟ ਕਰਦਾ ਕਰੋ, ਆਪਣੇ ਸਬਸਕ੍ਰਾਈਬਰ ਬਹੁਤ ਆਪਾਂ ਨੂੰ ਲੋੜ ਨਹੀਂ, ਤੇ ਹੋਰ ਜੋਤ ਇਹਦਾ ਪਿੰਡ ਹੈਗਾ ਸੀ ਰਤੀਆ, ਜੋਤ ਦਾ ਪਿੰਡ, ਤੇ ਇਹਦਾ ਆਪਣਾ ਦੂਜਾ ਭੁੱਲਰ ਦਾ ਪਿੰਡ ਹੈਗਾ ਸੁਨਾਮ, ਤੇ ਨੇੜਲੇ ਜੇ ਕੋਈ ਵੀਡੀਓ ਦੇਖਦਾ ਹੁੰਦਾ ਜਾਂ ਕਿਸੇ ਦੀ ਬਣਾਉਣੀ ਹੁੰਦੀ ਹੈ ਤਾਂ ਸੰਪਰਕ ਕਰ ਲਿਓ, ਅਸੀਂ ਪਰ ਪੈਸੇ ਵਾਲੇ ਪ੍ਰੋਗਰਾਮ ਨਹੀਂ ਲਾਉਂਦੇ, ਹਾਂ ਕਰੀ ਗੱਲ।